यूट्यूब कंडे यूट्यूब ਤੁਹਾਡਾ ਨੈਟਵਰਕ ਹੀ ਬਹੁਤ ਜ਼ਿਆਦਾ ਡਾਊਨ ਹੈ ਜੀ। ਅੱਛਾ ਜੀ ਏਅਰਟੈਲ ਤੇ ਕਰ ਲਓ ਜੀ। सब रंग पंजाब दे भरे
Thank you.
ਜੋ ਵੀ ਕੀ ਵੀ ਸੰਸਾਰ ਤੇ ਆਉਂਦਾ ਹੈ ਸਭ ਤੋਂ ਸਹਿਜ ਦੇ ਚਰਨਾਂ ਵਿੱਚ ਚਲਿਆ ਜਾਂਦਾ ਹੈ। ਸਾਡੇ ਸਰਕਾਰ ਜੋ ਸਰਦਾਰ ਮਹਿਤ ਸਿੰਘ ਜੀ ਉਹ ਲੜਕ ਜੋ ਕੁਛ ਦਿਨ ਪਹਿਲਾਂ ਹੀ ਸਿੰਘ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਵਾਣੀ ਪੂਜੀ ਨੂੰ ਕਰ ਚੁੱਕਿਆ ਹੋਇਆ ਸਤਿਗੁਰ ਸਾਹਿਬਾਂ ਦੇ ਚਰਨਾਂ ਵਿੱਚ ਜਾਬਰਾਦੇ ਨੇ। ਉਹਨਾਂ ਦਾ ਸਾਰਾ ਹੀ ਪਰਿਵਾਰ, ਉਹਨਾਂ ਦੇ ਬੇਟੇ ਡਾਕਟਰ ਗੁਰਜੋਤ ਸਿੰਘ ਜੀ MD ਭੱਲੂ ਸਾਹਿਬ, ਦੂਸਰੀ ਸਰਕਾਰੀ ਇੰਜੀਨੀਅਰ ਡਾਕਟਰ ਹਰਮਨਦੀਪ ਕੌਰ ਜੀ ਭੁੱਲਰ MD ਨਿਯੋਗੀ, ਸਤਿਗੁਰ ਸਿੰਘ ਦੇ ਅਪਾਰ ਰਹਿਮਤ ਹੈ, ਅਪਾਰ ਬਖਸ਼ਿਸ਼ ਹੈ, ਪਰਿਵਾਰ ਦੇ ਪੜ੍ਹਿਆ ਲਿਖਿਆ ਪਰਿਵਾਰ ਹੈ, ਡਾਕਟਰ ਨੇ ਸਤਿਗੁਰ ਦੀ ਰਹਿਮਤ ਹੈ, ਇਹ ਤੋਂ ਬਰੋਬਰ ਵੀ ਸਤਿਗੁਰੂ ਦੀ ਰਹਿਮਤ ਹੈ। ਪਰਿਵਾਰ ਨੇ ਪਹਿਲਾਂ ਵੀ ਸਤਿਗੁਰੂ ਸਾਹਿਬਾਂ ਦੇ ਪ੍ਰਕਾਸ਼ ਆਪਣੀ ਗ੍ਰਹਿ ਵਿਖੇ ਕਰਵਾ ਕੇ 101 ਸਹਿਜ ਪਾਠਾਂ ਦੀ ਲੜੀ ਪ੍ਰਾਰੰਭ ਕੀਤੀ ਅਤੇ ਜਦੋਂ ਵੀ BT ਦੇ MD ਦੇ ਇਮਤਿਹਾਨ ਹੁੰਦੇ ਸਨ ਸਰਦਾਰ ਮਹਿਤ ਸਿੰਘ ਜੀ ਉਸੇ ਸਮੇਂ ਹੀ ਬੈਠ ਕਰਕੇ ਸੁਖਮਨੀ ਸਾਹਿਬ ਜੀ ਦੇ ਪਾਠ ਇੱਕ ਹੋ ਦਾ ਹੋ ਜਾਵੇ ਦੋ ਹੋ ਜਾਣ ਸੁਣਦੇ ਸਨ ਕੋਲੇ ਬੈਠ ਕੇ ਅਤੇ ਆਪ ਕਹਿ ਕਰਕੇ ਅਰਦਾਸ ਕਰਦੇ ਸਨ ਕਿ ਬੇਟੀ ਦੇ ਪੇਪਰ ਜਿਹੜੇ ਆ ਬਹੁਤ ਵਧੀਆ ਹੋਏ, ਬਹੁਤ ਹੀ ਪਿਆਰ ਕਰਦੇ ਸਨ ਪਰਿਵਾਰ ਨਾਲ। ਉਹਨਾਂ ਦੇ ਘਰ ਇੱਕ ਬੱਚਾ ਹੈ, ਬੇਟੀ ਹੈ, ਬਹੁਤ ਹੀ ਸਮਝਦੇ ਰਹਿੰਦੇ ਹੈ, ਇਤਨੀ ਪਿਆਰੀ ਕਿ ਪਰਿਵਾਰ ਕਰੋ। ਹੁਣ ਦੂਸਰਾ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਤੋਂ ਉਚੇਚੇ ਤੌਰ 'ਤੇ ਪਰਿਵਾਰ ਦਾ ਸਨੇਹ ਰੱਖਦੇ ਸਨ। ਉਹਨਾਂ ਨੇ ਵੀ ਆਪ ਜੀ ਦੇ ਸਮੇਂ ਬੈਠ ਕਰਕੇ ਹਾਜ਼ਰੀ ਕਰਨੀ ਹੈ। ਆਪਾਂ ਸਭ ਜਿਹੜੇ ਬੜੇ ਪਿਆਰ ਸਤਿਕਾਰ ਦੇ ਨਾਲ ਸਨ ਪ੍ਰਵਾਨ ਕਰਨ
ਸਦਾ ਹੀ ਸਤਿਗੁਰ ਸਾਹਿਬਾਂ ਦੇ ਕਰਨਾ ਵਿੱਚ ਐਸੇ ਦਸ ਬੇਨਤੀ ਕਰਨੀ ਸੰਭਵ ਪਰਿਵਾਰ ਦੇ ਸਿੱਖਤੇ ਦਸ ਨੇ ਦੂਸਰੇ ਕਿਰਪਾ ਕਰਿਆ ਭਾਈ ਸਾਹਿਬ ਨੂੰ ਸਰਵਣ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Vaheguru, 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 Vaheguru.
Bye.
ਜੁਗ ਜੁਗ ਅਟਲ ਜਬਰ ਸ਼ਬਦ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸਾਧ ਜੀਓ। ਅੱਜ ਅਸੀਂ ਸਾਰੇ ਰਿਸ਼ਤੇਦਾਰ ਭੈਣ ਭਰਾ ਸਾਖ ਸੰਬੰਧੀ ਧੀਆਂ ਪੁੱਤ ਸੱਜਣ ਮਿੱਤਰ ਸਾਰੇ ਉਸ ਰੰਗਲੇ ਸੱਜਣ ਦੀ ਯਾਦ ਅੰਦਰ ਉਹਨਾਂ ਦੀ ਮਿੱਠੀ ਮਿੱਠੀ ਯਾਦ ਅੰਦਰ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਾਰੇ ਅਸੀਂ ਪਹੁੰਚੇ ਹਾਂ। ਸਰਵਾਸੀ ਮਾਸਟਰ ਜੀ ਮਹਿਲ ਸਿੰਘ ਜੀ ਭੁੱਲ ਸਾਹਿਬ ਜੋ ਕਿ ਕੁਝ ਦਿਨ ਪਹਿਲਾਂ ਮਹਾਰਾਜ ਪਾਤਸ਼ਾਹ ਜੀ ਦੇ ਘਰੋਂ ਉਹਨਾਂ ਨੂੰ ਸਦਕਾ ਆਇਆ। ਜਿਤਨੀ ਸਵਾਸਾਂ ਦੇ ਪੁੰਜੀ ਲਿਖੇ ਉਹ ਮਾਤ ਲੋਕ ਵਿੱਚ ਆਏ ਸਨ ਉਸ ਨੂੰ ਭੋਗਦਿਆਂ ਹੋਇਆ ਉਹ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਸੱਜਣਾ ਮਿੱਤਰਾਂ ਨੂੰ ਸਰੀਰ ਵਿਛੋੜਾ ਦੇ ਕੇ ਪਰਲੋਕ ਗਮਨ ਕਰ ਗਏ ਹਨ। ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਭਾਈ ਇਸ ਸੰਸਾਰ ਦੇ ਵਿੱਚ ਮੌਤ ਇੱਕ ਅਟਲ ਸੱਚਾਈ ਹੈ। ਮਹਾਰਾਜ ਕਹਿੰਦੇ ਮਨ ਕਲ ਮੌਤ ਜਾਂ ਆਪਸੀ ਸਭ ਦਰਵਾਜੇ ਬੰਦ ਹਨ। ਮੌਤ ਇੱਕ ਅਟਲ ਸੱਚਾਈ ਹੈ, ਇਹ ਇੱਕ ਦਿਨ ਸਭਨਾਂ ਤੇ ਆਉਣੀ ਹੈ। ਮਹਾਰਾਜ ਕਹਿੰਦੇ ਜੋ ਜਨਮੇ ਸੋ ਜਨਮ ਹੋਊਗਾ, ਜਿਹਦਾ ਜਨਮ ਹੋਇਆ ਹੈ ਉਸਨੇ ਇੱਕ ਦਿਨ ਮਰਨਾ ਹੈ, ਕਿਉਂਕਿ ਮਰਨ ਲਿਖਾਏ ਮਰਨ ਲਿਖਾਏ। ਜਦੋਂ ਜਨਮ ਹੋਇਆ ਮਰਨਾ ਪਹਿਲਾਂ ਲਿਖ ਦਿੱਤਾ ਗਿਆ ਹੈ। ਉਹ ਸਾਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਸਾਡੀ ਮੌਤ ਕਿੰਝ ਹੋਣੀ ਹੈ, ਕਿੱਥੇ ਹੋਣੀ ਹੈ। ਸਤਿਗੁਰੂ ਬਾਣੀ ਦੇ ਨਾਲ ਸਮਝਾਉਂਦੇ ਨੇ, ਕਹਿੰਦੇ ਕਿਆ ਜਾਣਾ ਕਿ ਉਹ ਮਰਹਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨ ਹੋਣਾ ਵਿਸਰੈ ਤਾਂ। ਮਹਾਰਾਜ ਕਹਿੰਦੇ ਮਰਨਾ ਇੱਕ ਦਿਨ ਸਾਰਿਆਂ ਤੇ ਹੈ, ਜੋ ਵੀ ਇਸ ਸੰਸਾਰ ਤੇ ਆਇਆ ਹੈ ਇਹ ਤੇ ਆਪੋ ਆਪਣੀ ਵਾਰੀ ਹੈ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬਦਲ ਦੀ। ਮਹਾਰਾਜ ਕਹਿੰਦੇ ਇੱਥੇ ਤੇ ਆਪੋ ਆਪਣੀ ਵਾਰੀ ਦੇ ਨਾਲ ਸਭ ਨੇ ਤੁਰ ਜਾਣਾ ਹੈ। ਉਹ ਵਾਰੀ ਕਿਸ ਤਰ੍ਹਾਂ? ਤਿੰਨ ਅਵਸਥਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵਿੱਚ ਬਖਸ਼ਿਸ਼ ਕਰਕੇ ਸਾਨੂੰ ਸਮਝਾ ਰਹੇ ਹੋ। ਤਿੰਨ ਅਵਸਥਾ ਕਿਹੜੀਆਂ ਨੇ? ਕਹਿੰਦੇ ਬਾਲ ਜਵਾਨੀ ਅਰਗਤ ਪੁੰਨ, ਤੀਨ ਅਵਸਥਾ ਜਾਨ, ਬਚਪਨਾ ਜਵਾਨੀ ਅਤੇ ਬੁਢੇਪਾ। ਇਹ ਤਿੰਨ ਅਵਸਥਾ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਨੇ। ਹੁਣ ਇਹਦੇ ਵਿੱਚੋਂ ਕਦੋਂ ਉਸਨੇ ਬੁਲਾ ਲੈਣਾ ਹੈ ਇਹ ਵਾਹਿਗੁਰੂ ਆਪ ਜਾਣਦਾ ਹੈ। ਕਹਿੰਦੇ ਜਿਸ ਵੇਲੇ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਉਸ ਵੇਲੇ ਮੌਤ ਆਉਂਦੀ ਹੈ। ਉਹ ਤਿੰਨ ਚੀਜ਼ਾਂ ਕਿਹੜੀਆਂ ਨੇ? ਉਹ ਹਨ ਸਮਾਂ, ਸਥਾਨ ਅਤੇ ਕਾਰਨ। ਇਹ ਤਿੰਨ ਚੀਜ਼ਾਂ ਨੇ। ਸਮਾਂ ਨਿਯੁਕਤ ਹੁੰਦਾ ਹੈ ਮਹਾਰਾਜ ਦੇ ਘਰੋਂ, ਉਹਦੇ ਤੋਂ ਕਰਨ ਚਾਤਰ ਵੀ ਇੱਧਰ ਉੱਧਰ ਹੋ ਸਕਦਾ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਉਮਰ ਮਰਨਾ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਉਸ ਪਰਮਾਤਮਾ ਦੇ ਘਰੋਂ ਤੈਅ ਹੁੰਦਾ ਹੈ, ਪਤਾ ਨਹੀਂ ਹੁੰਦਾ ਕਿਸੇ ਨੂੰ। ਸਥਾਨ ਉਸ ਦੇ ਘਰੋਂ ਤੈਅ ਹੁੰਦਾ ਹੈ। ਆਪਾਂ ਕਈ ਵਾਰੀ ਤੱਕਦੇ ਹਾਂ ਕਿ ਕਈ ਬੰਦੇ ਵਿਦੇਸ਼ ਤੋਂ ਆਉਂਦੇ ਨੇ ਇੰਡੀਆ, ਇੱਥੇ ਆ ਕੇ ਉਹਨਾਂ ਦਾ ਕੋਈ ਮਰਲਾ ਲਿਖਿਆ ਹੁੰਦਾ, ਕੋਈ ਨਾ ਕੋਈ ਕਾਰਨ ਬਣ ਜਾਂਦਾ ਹੈ, ਕੋਈ ਨਾ ਕੋਈ ਰੀਜ਼ਨ ਬਣ ਜਾਂਦਾ ਹੈ।
ਕਈ ਬੰਦੇ ਸਾਡੇ ਇੱਥੋਂ ਜਾਂਦੇ ਨੇ ਉੱਥੇ ਕਈ ਵਾਰੀ ਕੋਈ ਨਾ ਕੋਈ ਰੀਜ਼ਨ ਕੋਈ ਨਾ ਕੋਈ ਕਾਰਨ ਬਣ ਜਾਂਦਾ ਹੈ। ਸੋ ਇਹ ਸਮਾਂ ਸਥਾਨ ਅਤੇ ਕਾਰਨ ਇਹ ਤਿੰਨ ਚੀਜ਼ਾਂ ਜਿਸ ਵੇਲੇ ਇਕੱਠੀਆਂ ਹੁੰਦੀਆਂ ਨੇ ਉਸ ਵੇਲੇ ਮੌਤ ਆਉਂਦੀ ਹੈ। ਅਤੇ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਆਉਣੀ ਇੱਕ ਦਿਨ ਸਾਨੂੰ ਸਾਰਿਆਂ ਨੂੰ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਅੱਜ ਅਸੀਂ ਮਾਸਟਰ ਜੀ ਸਾਰ ਸਹਿਤ ਸਿੰਘ ਜੀ ਭੁੱਲਰ ਸਾਹਿਬ ਉਹਨਾਂ ਦੀ ਮਿੱਠੀ ਅਤੇ ਨਿੱਘੀ ਯਾਦ ਅੰਦਰ ਉਨ੍ਹਾਂ ਨੂੰ ਸ਼ਰਧਾ ਅਤੇ ਫੁੱਲ ਭੇਟ ਕਰਨ ਵਾਸਤੇ ਜੁੜ ਬੈਠੇ ਹਾਂ। ਮਹਾਰਾਜ ਪਾਤਸ਼ਾਹ ਕਹਿੰਦੇ ਇਹ ਸਮਾਂ ਜਿਹੜਾ ਹੈ ਇਹ ਬੜਾ ਹੀ ਅਸਹਿ ਅਤੇ ਅਕਹਿ ਵਾਲਾ ਸਮਾਂ ਹੁੰਦਾ ਪਰਿਵਾਰ ਵਾਸਤੇ। ਸਾਡੇ ਅਤੀ ਸਰਕਾਰ ਜੋਗ ਸਾਹਿਬ ਸਰ ਨਵਜੋਤ ਸਿੰਘ ਜੀ ਭੁੱਲਰ ਸਾਹਿਬ ਜਿਨ੍ਹਾਂ ਦੇ ਦਸਤਿਆਂ ਦੇ ਜੱਥੇ ਨਾਲ ਬਹੁਤ ਪਿਆਰ ਹੈ, ਔਰ ਉੱਥੇ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਮਾਣਯੋਗ ਅਰਦਾਸੀਏ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਉਹਨਾਂ ਦੇ ਨਾਲ ਵੀ ਬੜਾ ਪਿਆਰ ਹੈ। ਸੋ ਦੱਸ ਰਹੇ ਸਨ ਕਿ ਬਜ਼ੁਰਗ ਠੀਕ ਠਾਕ ਸੀ ਬਿਲਕੁਲ ਉਸ ਦਿਨ ਇਸ ਨਗਰ ਦੇ ਵਿੱਚ ਕਿਸੇ ਦੀ ਹੋਰ ਦੀ ਅੰਤਿਮ ਅਰਦਾਸ ਸੀ। ਡਾਕਟਰ ਸਾਹਿਬ ਕਹਿੰਦੇ ਮੈਂ ਜਿਸ ਵੇਲੇ ਘਰੋਂ ਆਇਆ ਮੈਨੂੰ ਆਪ ਘੱਲਿਆ ਵੀ ਚੱਲ ਜਾ ਕੇ ਆਓ, ਵੱਟ ਨਾਲ ਵੱਟ ਸਾਂਝੀ ਹੈ ਪਿਆਰ ਹੈ, ਪਰ ਆਪਣਾ ਉਹਨਾਂ ਨੂੰ ਪਤਾ ਨਹੀਂ ਸੀ ਅਤੇ ਉਹਨਾਂ ਨਾਲ ਵੀ ਇਸ ਤਰ੍ਹਾਂ ਹੋ ਜਾਂਦਾ। ਕਹਿੰਦੇ ਮੈਂ ਜਿਸ ਵੇਲੇ ਗੁਰਦੁਆਰਾ ਸਾਹਿਬ ਆਇਆ ਮੈਨੂੰ ਪਿੱਛੋਂ ਸੁਨੇਹਾ ਆ ਗਿਆ ਕਿ ਬਜ਼ੁਰਗ ਇਸ ਤਰ੍ਹਾਂ ਜਿਹੜੇ ਸਾਹ ਨੇ ਬੜੇ ਔਖੇ ਔਖੇ ਲੈ ਰਹੇ ਨੇ, ਬਸ ਇੱਕ ਤਾਂ ਭਾਣਾ ਕੋਈ ਨਾ ਕੋਈ ਨਾ ਕੋਈ ਕਾਰਨ ਬਣ ਗਿਆ, ਕੋਈ ਬਹਾਨਾ ਬਣ ਗਿਆ, ਜਾਣ ਵਾਲੇ ਨਹੀਂ ਸੀ ਪਰ ਉਸ ਅਕਾਲ ਪਰਮਾਤਮਾ ਦਾ ਹੁਕਮ ਆ ਗਿਆ, ਆਈ ਆ ਗਿਆ, ਫਿਰ ਬੁਲਾਇਆ ਨਾ ਧਨ ਖੁਸ਼ੀ ਨਾ ਮਤਾ ਪਕਾਇਆ, ਸਰਪ ਹੈ ਸਰਪ ਹੈ ਸਦਾ ਸਦਾ ਇਵੇ ਨਹੀਂ ਵਿਹਾਏ, ਨਾਨਕ ਇਸ ਨੂੰ ਆਖੀਐ ਮੈਨੂੰ ਪੁੱਛਿਆ ਹੀ ਲੈ। ਉਹਨੇ ਜਦੋਂ ਖੜਨਾ ਵਾ ਉਹਨੇ ਜਦੋਂ ਲੈ ਜਾਣਾ ਉਹਨੇ ਕਿਸੇ ਦੇ ਕੋਲੋਂ ਪੁੱਛਣਾ ਨਹੀਂ। ਆਓ ਬੜਾ ਹੀ ਪਿਆਰਾ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਬਹੁਤ ਹੀ ਪਿਆਰ ਦੇ ਨਾਲ ਸਮਝਾ ਰਹੇ ਨੇ। ਆਓ ਪਿਆਰ ਨਾਲ ਪੜ੍ਹਨਾ ਕਰੀਏ ਜੀ। ਨਾਮ ਜਪ ਸੁਰੀ ਤੇਲ ਜਲੇ ਪਾਤੀ ਠਹਿਰਾ
ਦੁਹਾਰ ਬਣਿਆ
I'm not afraid to die.
ਸਾਨੂੰ ਇਸ ਸ਼ਬਦ ਦੇ ਅੰਦਰ ਇਹੋ ਸਮਝਾ ਰਹੇ ਨੇ। ਕਹਿੰਦੇ ਅੱਜ ਕੱਲ੍ਹ ਤਾਂ ਯੁੱਗ ਬੀਤ ਗਿਆ ਨਾ ਕਿ ਜਰਾ ਜਿੰਨਾ ਲਾਈਟ ਜਾਂਦੀ ਹੈ ਉਸ ਵੇਲੇ ਜਨਰੇਟਰ ਚਲਾ ਦਿੰਦੇ ਹਾਂ, ਇਨਵੇਟਰ ਦਾ ਪ੍ਰਬੰਧ ਆ। ਪੁਰਾਣੇ ਸਮਿਆਂ ਦੇ ਵਿੱਚ ਆ ਸਾਡੇ ਬਜ਼ੁਰਗ ਬੈਠੇ ਨੇ, ਸਾਡੀਆਂ ਮਾਤਾਵਾਂ ਬੀਬੀਆਂ ਬੈਠੀਆਂ ਨੇ, ਉਦੋਂ ਬੱਤੀ ਦਾ ਬਹੁਤਾ ਪ੍ਰਬੰਧ ਨਹੀਂ ਸੀ ਹੁੰਦਾ ਤਾਂ ਬੀਬੀਆਂ ਨੇ ਕੀ ਕਰਨਾ, ਦੀਵੇ ਦੇ ਵਿੱਚ ਤੇਲ ਪਾ ਕੇ ਬੱਤੀ ਵੱਟ ਕੇ ਉਹਦੇ ਵਿੱਚ ਰੱਖ ਦੇਣੀ। ਤੇ ਉਦੋਂ ਕੱਚੇ ਘਰ ਹੁੰਦੇ ਸੀ, ਆਲੇ ਬਣੇ ਹੁੰਦੇ ਸੀ, ਆਲੇ ਉਸ ਆਲੇ ਦੇ ਵਿੱਚ ਉਸ ਦੀਵੇ ਨੂੰ ਬਾਲ ਕੇ ਰੱਖ ਦੇਣਾ ਤੇ ਉਹਦੀ ਲੋਹ ਦੇ ਨਾਲ ਹੀ ਬੀਬੀਆਂ ਮਾਈਆਂ ਨੇ ਘਰ ਦਾ ਸਾਰਾ ਕੰਮ ਕਾਰ ਕਰ ਲੈਣਾ। ਪਰ ਸਾਨੂੰ ਪਤਾ ਹੁੰਦਾ ਸੀ ਕਿ ਜਿੰਨਾ ਦੀਵੇ ਦੇ ਵਿੱਚ ਤੇਲ ਪਾਇਆ ਉਹਨੇ ਉਨੀ ਦੇਰ ਹੀ ਬਲਣਾ, ਉਹਨੇ ਉਤਨੀ ਦੇਰ ਹੀ ਰੋਸ਼ਨੀ ਦੇਣੀ ਹੈ। ਜਦੋਂ ਦੀਵੇ ਦੇ ਵਿੱਚ ਪਾਇਆ ਤੇਲ ਖਤਮ ਹੋ ਗਿਆ ਉਸਨੇ ਬੁੱਝ ਜਾਣਾ ਹੈ। ਉਹ ਉਦਾਹਰਣ ਦੇ ਕੇ ਭਗਤ ਕਬੀਰ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਇਹੋ ਸਮਝਾ ਰਹੇ ਨੇ, ਕਹਿੰਦੇ ਜਬ ਲੱਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਟਹਿਰਾਨੀ ਸੋਨਾ ਮੰਦਰ ਹੋਈ। ਇਸੇ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਭਗਤ ਕਬੀਰ ਜੀ ਨੇ ਸਾਨੂੰ ਉਦਾਹਰਣ ਦੇ ਕੇ ਸਮਝਾਇਆ, ਕਹਿੰਦੇ ਸਾਡਾ ਸਰੀਰ ਵੀ ਇਸੇ ਤਰ੍ਹਾਂ ਹੈ, ਜਿੰਨੇ ਸਵਾਸ ਉਸ ਸੱਚੇ ਘਰ ਦੇ ਵਿੱਚ ਲਿਖੇ ਅਸੀਂ ਇਹ ਸਮਾਧ ਲੋਕ ਦੇ ਵਿੱਚ ਆਏ ਹਾਂ, ਜਦੋਂ ਉਹ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਨਾ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੈ। ਮਹਾਰਾਜ ਕਹਿੰਦੇ ਗੁਰਮੁਖਾ ਤੂੰ ਬਾਜ਼ਾਰ ਜਾਂਦਾ ਹੈ ਕੋਈ ਸਮਾਨ ਲੈਣ ਵਾਸਤੇ, ਤੂੰ ਕਹਿੰਦਾ ਮੈਨੂੰ ਕੱਪੜੇ ਦਿਓ ਭਾਵੇਂ ਮਹਿੰਗੇ ਹੋਣ ਪਰ ਹੰਢਣ ਸਾਰ ਹੋਣ, ਅਗਲਾ ਤੈਨੂੰ ਉਹਦੀ ਗਰੰਟੀ ਦੇ ਦਿੰਦਾ ਹੈ। ਤੂੰ ਪੈਰਾਂ ਵਿੱਚ ਜੋੜਾ ਪਹਿਨਣ ਵਾਸਤੇ ਲਿਆਉਣਾ ਹੈ, ਤੂੰ ਕਹਿੰਦਾ ਭਾਵੇਂ ਬੇਸ਼ੁਮਾਰ ਕੀਮਤੀ ਹੋਵੇ ਪਰ ਹੰਢਣ ਸਾਰ ਹੋਵੇ, ਤੈਨੂੰ ਉਹਦੀ ਵੀ ਗਰੰਟੀ ਮਿਲ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਝਾਤੀ ਵਾਰ ਸਤਿਗੁਰੂ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੋਲ ਤੋਂ ਰੁੱਤ ਨਾ ਜਾਣ। ਮਹਾਰਾਜ ਕਹਿੰਦੇ ਸਵਾਸ ਆਇਆ ਤੇ ਬੰਦਾ, ਸਵਾਸ ਨਹੀਂ ਆਇਆ ਤੇ ਮਿੱਟੀ ਦੀ ਢੇਰੀ ਹੈ। ਫਿਰ ਜਦੋਂ ਸਵਾਸਾਂ ਰੂਪੀ ਪੂੰਜੀ ਖਤਮ ਹੋ ਗਈ, ਸਵਾਸਾਂ ਰੂਪੀ ਪੂੰਜੀ ਸਾਡੀ ਸਮਾਪਤ ਹੋ ਗਈ, ਫਿਰ ਇਹ ਸਰੀਰ ਮਿੱਟੀ ਹੈ। ਹੁਣ ਭਗਤ ਕਬੀਰ ਜੀ ਗੱਲਾਂ ਕਰਦੇ ਪਏ, ਪਲੀਜ਼ ਹੱਥ ਬੰਨ ਕੇ ਬੇਨਤੀ ਹੈ, ਚੁੱਪ ਦਾ ਦਾਨ ਬਖਸ਼ੋ। ਸੋ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਜਿੰਨੀ ਦੇਰ ਇਸ ਦੇ ਵਿੱਚ ਸਵਾਸ ਨੇ ਉਨੀ ਦੇਰ ਬੰਦਾ ਦੌੜਿਆ ਫਿਰਦਾ ਹੈ, ਤੁਰਿਆ ਫਿਰਦਾ ਹੈ। ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਲਤ ਨਾ ਜਾਣ। ਸਵਾਸ ਆਇਆ ਤੇ ਬੰਦਾ ਹੈ, ਸਵਾਸ ਖਤਮ ਤੇ ਮਿੱਟੀ ਦੀ ਢੇਰੀ ਹੈ। ਹੁਣ ਭਗਤ ਕਬੀਰ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਸਮਝਾ ਰਹੇ ਨੇ, ਕਹਿੰਦੇ ਜਦੋਂ ਇਹ ਸਮਾਂ ਆ ਗਿਆ ਮਿੱਟੀ ਦੀ ਢੇਰੀ ਹੋ ਗਿਆ ਸਰੀਰ, ਫਿਰ ਵੇ ਬੋਰੇ ਤੁਸੀਂ ਕਦੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਦਿਹੋਰੀ ਬੈਠੀ ਮਾਤਾ ਰੋਵੈ, ਖਟਿਆ ਲੈ ਗਏ ਭਾਈ ਲੱਟ ਛਿਟਕਾਏ ਤ੍ਰਿਆ ਰੋਵੈ ਹੰਸ ਅਕੇਲਾ ਜਾਈ। ਮਾਂ ਦਿਹੋੜੀ ਦੇ ਵਿੱਚ ਬੈਠੀ ਰੋਂਦੀ ਹੈ, ਕੁਲਾਉਂਦੀ ਹੈ, ਉੱਚੀ ਉੱਚੀ ਤਾਹਾਂ ਮਾਰਦੀ ਹੈ। ਲੱਟ ਛਿਟਕਾਏ ਤ੍ਰਿਆ ਰੋਵੈ, ਤ੍ਰਿਆ ਕਹਿੰਦੇ ਨੇ ਘਰ ਵਾਲੀ ਨੂੰ, ਉਹਦੇ ਵੀ ਕੇਸ ਖੁੱਲੇ ਹੁੰਦੇ ਨੇ, ਕਹਿੰਦੇ ਉਹ ਵੀ ਉੱਚੀ ਉੱਚੀ ਤਾਹਾਂ ਮਾਰ ਮਾਰ ਕੇ ਰੋਂਦੀ ਹੈ। ਖਟੀਆ ਲੈ ਗਏ ਭਾਈ ਲਿਜਾਣ ਵਾਲੇ ਚਾਰਾਂ ਨੇ ਮੋਢੇ ਤੇ ਰੱਖਿਆ ਤੇ ਲੈ ਗਏ, ਉਹ ਲੈ ਗਏ। ਲੱਟ ਛਿਟਕਾਏ ਤ੍ਰਿਆ ਰੋਵੈ ਹੰਸ ਅਕੇਲਾ ਜਾਈ ਦੇ ਬੋਰੇ ਤੁਸੀਂ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਇਉਂ ਭਗਤ ਕਬੀਰ ਜੀ ਕਹਿੰਦੇ ਗੁਰਮੁਖਾ ਫਿਰ ਤੈਨੂੰ ਪਤਾ ਹੈ ਤੇਰੇ ਰਿਸ਼ਤੇਦਾਰਾਂ, ਤੇਰੀਆਂ ਭੈਣਾਂ ਭਰਾਵਾਂ, ਤੇਰੇ ਆਪਣਿਆਂ ਨੇ ਤੈਨੂੰ ਮੁੰਡਿਆਂ ਤੇ ਪਾ ਕੇ ਚਿਖਾ ਦੇ ਵਿੱਚ ਚਿਣ ਕੇ ਤੈਨੂੰ ਛੱਡ ਆਉਣਾ ਹੈ, ਫਿਰ ਤੇਰੇ ਨਾਲ ਕਿਸ ਨੇ ਜਾਣਾ ਹੈ। ਮਹਾਰਾਜ ਕਹਿੰਦੇ ਉਹ ਹੈ ਗੁਰੂ ਦਾ ਨਾਮ, ਗੁਰੂ ਦਾ ਸਿਮਰਨ, ਗੁਰੂ ਦੀ ਬੰਦਗੀ ਤੇ ਕੀਤੇ ਹੋਏ ਨੇਕ ਕਰਮ। ਕਹਿੰਦੇ ਇਹਨਾਂ ਨੇ ਤੇਰਾ ਸਹਾਈ ਹੋਣਾ ਹੈ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਉੱਥੇ ਤੇ ਇਹ ਅਮਲ ਕੀਤਾ ਹੋਇਆ
ਜਿਹੜਾ ਗੁਰੂ ਦਾ ਨਾਮ, ਪਰਮਾਤਮਾ ਦਾ ਨਾਮ, ਗੁਰੂ ਦਾ ਸਿਮਰਨ, ਇਹਨੇ ਸਾਡਾ ਸਹਾਈ ਹੋਣਾ ਹੈ। ਭਗਤ ਕਬੀਰ ਜੀ ਕਹਿੰਦੇ, ਹਰਬਿਦ ਕੌਣ ਸਹਾਈ ਮਨ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੋ ਲਾਗੈ ਠਨਕਾ। ਉਹ ਪਿਆਰਿਆ, ਉਸ ਹਰੀ ਦੇ ਨਾਮ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰਾ ਕਿਸੇ ਵੀ ਸਹਾਈ ਨਹੀਂ ਹੋਣਾ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਤੈ ਉਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਨਾ ਮਾਂ ਨੇ, ਨਾ ਪਿਓ ਨੇ, ਨਾ ਕਿਸੇ ਭੈਣ ਭਰਾ ਨੇ, ਉੱਥੇ ਤੇਰਾ ਕਿਸੇ ਨੇ ਸਹਾਈ ਨਹੀਂ ਹੋਣਾ। ਉੱਥੇ ਫਿਰ ਸਹਾਈ ਕਿਹਨੇ ਹੋਣਾ ਹੈ? ਗੁਰੂ ਦੇ ਨਾਮ ਨੇ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਸੁਤ ਕਹਿੰਦੇ ਨੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ। ਜੈ ਮਾਤ ਪਿਤਾ, ਜਿੱਥੇ ਮਾਤਾ ਨੇ, ਪਿਤਾ ਨੇ, ਸੁੱਤ ਨੇ, ਸੁੱਤ ਮੀਤ ਨਾ ਭਾਈ, ਮਿੱਤਰ ਭਰਾ, ਭੈਣ ਭਰਾ, ਉੱਥੇ ਤੇਰੇ ਕਿਸੇ ਕੰਮ ਨਹੀਂ ਆਉਣਾ। ਤੈ ਉਹਾਂ ਨਾਮ ਤੇਰਾ ਸੰਗ ਸਹਾਈ, ਉੱਥੇ ਫਿਰ ਨਾਮ ਨੇ ਤੇਰਾ ਸਹਾਈ ਹੋਣਾ ਹੈ। ਗੁਰੂ ਦੇ ਨਾਮ ਨੇ ਤੇਰਾ ਉੱਥੇ ਸਹਾਈ ਹੋਣਾ ਹੈ। ਉਹ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਨਾ, ਇਹ ਮਨੁੱਖਾ ਜਨਮ ਬੜਾ ਔਖਾ ਮਿਲਿਆ ਹੈ। 84 ਲੱਖ ਜੂਨ ਇਸ ਸੰਸਾਰ ਦੇ ਵਿੱਚ ਹੈ। ਉਹਨਾਂ ਸਾਰਿਆਂ ਤੋਂ ਉੱਤਮ ਜਨਮ ਜਿਹੜਾ ਹੈ ਉਹ ਮਹਾਰਾਜ ਨੇ ਸਾਨੂੰ ਬਖਸ਼ਿਆ, ਉਹ ਹੈ ਮਨੁੱਖਾ ਜਨਮ। ਕਬੀਰ ਮਾਨਸ ਜਨਮ ਤੇ ਲੱਭ ਹੈ, ਹੋਏ ਨਾ ਵਾਰੰਵਾਰ, ਜੋ ਬਨ ਫਲ ਪਾ ਕੇ ਭੋਏ ਗਿਰੈ ਬਾਹਰ ਨਾ ਲੱਗੈ ਲਾਰ। ਆਓ ਗੁਰਮੁਖੋ, ਬੜਾ ਹੀ ਪਿਆਰਾ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਭਗਤ ਰਵਿਦਾਸ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਸਮਝਾ ਰਹੇ ਨੇ। ਆਓ ਪਿਆਰ ਦੇ ਨਾਲ ਪੜ੍ਹਨਾ ਕਰੀਏ ਜੀ। ਪੰਖੀ ਬਸੇ ਵਿਚਾਰਾ
Yeah.
इसी तरह व्यर्थ हो गया पर अंत दी बार तेरा सब कुछ इसे रह गया। ये जो संसारी धन दौलत सब बिंद जान वाला महाराज कहते नांगे आमना नांगे जाना हर हुक्म पाया क्या किया जाए जिसकी वस्त सोई लह जाएगा रोज किसे सुवासा की पूंजी लेके असि समाज लोग से आए हाँ तो इतों असि चंगे कर्म करके परमात्मा का नाम जप के उस सच्चे घर के जाना है। तेरी अरदास होवे गुरमुख जनम सवार दरगाह चलिया सच्ची दरगाह जाए सच्चा पेड़ बनया। महाराज पातशाह कहते उस सच्ची दरगाह के जाना है ते महाराज पातशाह जी का नाम जप गुरु का सिमरन कर गुरु की बंदगी कर मेरी मेरी कैरो करते दुर्योधन से भाई बारह गुण है शत्र चले था देही गिरज न खाई सर्व स्वर्ण की लंका होती रावण से अधिकाई कहाँ भय हो दरबांधे हाथी खिन में भई पराई दरवासा स्यों कर गौरी यादव ही फल पाए कृपा करी हर अपने ऊपर नाम दियो हर गुण गाए। महाराज तेरा नाम जपिए तेरा सिमरन करिए इतने ते राम गए हो रावण गए हो जंग हो परिवार कहो नानक तेरे कश नहीं सुपने जो संसार ये संसार एक सुपने की न्याई है। जो असी सोने एक सानू सुत्या पे सुपना आता है फिर जो असी उठते हाँ असी सोचते हाँ हाँ ये एक सुपना सी ਉਹ ਸੁਤਿਆਂ ਦਾ ਸੁਪਨਾ ਹੈ ਜੋ ਸੰਸਾਰ ਦੇ ਵਿੱਚ ਵਿਚਰਦੇ ਹਾਂ ਇਹ ਸਾਡਾ ਇੱਕ ਜਾਗਣ ਵਾਲਾ ਸੁਪਨਾ ਹੈ ਇਹ ਵੀ ਸੁਪਨੇ ਦੀ ਨਿਆਈ ਜਗ ਸੁਪਨੇ ਜਿਉਂ ਜਾਓ ਇਹ ਵੀ ਇੱਕ ਸੁਪਨੇ ਦੀ ਤਰ੍ਹਾਂ ਹੈ ਅਤੇ ਜਿਸ ਵੇਲੇ ਉਸ ਸੱਚੇ ਘਰ ਦੇ ਵਿੱਚ ਜਾਣਾ ਹੈ ਜਾਣਾ ਉੱਥੇ ਇੱਕ ਦਿਨ ਸਾਰਿਆਂ ਨੇ ਹੈ ਇਹ ਦੁਨੀਆ ਮੁਸਾਫਰ ਖਾਨਾ ਕਿਸੇ ਅੱਜ ਤੁਰ ਜਾਣਾ ਕਿਸੇ ਕੱਲ੍ਹ ਤੁਰ ਜਾਣਾ ਰਾਵਣ ਨੂੰ ਕਿੰਨੇ ਵਾਰ ਮਿਲੇ ਸੀ ਔਰ ਕਿੰਨਾ ਵਿਦਵਾਨ ਸੀ ਚਾਰ ਵੇਦਾਂ ਦਾ ਗਿਆਤਾ ਸੀ ਉਹ ਪਰ ਆਖਰ ਉਹਨੂੰ ਇਸ ਸੰਸਾਰ ਤੋਂ ਜਾਣਿਆ ਇਹ ਹੁਕਮ ਅਟਾਲਿਆ ਮਹਾਰਾਜ ਪਾਤਸ਼ਾਹ ਜੀ ਸੋ ਅੱਜ ਅਸੀਂ ਉਹ ਪੂਜਨੇ ਤੋਂ ਪਵਿੱਤਰ ਆਤਮਾ ਮਾਸਟਰ ਜੀ ਸਾਰ ਮਹਿਰ ਸਿੰਘ ਸਾਹਿਬ ਜੋ ਕਿ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਅੱਜ ਆਪਾਂ ਨੂੰ ਉਹਨਾਂ ਨੂੰ ਸ਼ਰਧਾ ਦੇ ਪੁੱਲ ਕਰਨ ਵਾਸਤੇ ਸਾਰੇ ਇੱਥੇ ਪਹੁੰਚੇ ਹਾਂ ਅਰਦਾਸ ਕਰੀਏ ਮਹਾਰਾਜ ਪਿਤਾ ਜੀ ਦੇ ਚਰਨਾਂ ਦੇ ਵਿੱਚ ਕਿ ਸਤਿਗੁਰ ਸੱਚੇ ਪਾਤਸ਼ਾਹ ਉਸ ਵਿਛੜੀ ਹੋਈ ਜੀਵ ਆਤਮਾ ਮਾਸਟਰ ਜੀ ਸਾਰ ਮਹਿਰ ਸਿੰਘ ਜੀ ਭੁੱਲਰ ਸਾਹਿਬ ਉਹਨਾਂ ਨੂੰ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ ਪਿੱਛੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਸੁਪੁੱਤਰ ਡਾਕਟਰ ਸਾਹਿਬ ਸਾਰ ਰਜੋਤ ਸਿੰਘ ਜੀ ਭੁੱਲਰ ਸਾਹਿਬ ਮਹਾਰਾਜ ਸਾਰੇ ਪਰਿਵਾਰ ਨੂੰ ਮਾਣਾ ਮਨਾਉਂਦਾ ਵਾਧਾ ਕੋਸ਼ਿਸ਼ ਕਰਨਾ ਇਸ ਪਰਿਵਾਰ ਦੀ ਕਰੀਏ ਥੋੜ੍ਹੀ ਹੈ ਕਿਉਂਕਿ ਜਿੱਥੇ ਮਾਸਟਰ ਜੀ ਸਾਰ ਮਹਿਰ ਸਿੰਘ ਜੀ ਭੁੱਲਰ ਸਾਹਿਬ ਆਪ ਬਹੁਤ ਹੀ ਸੁਲਝੀ ਹੋਈ ਸ਼ਖਸੀਅਤ ਸਨ ਨਿੱਘੇ ਸੁਭਾਅ ਦੇ ਮਾਲਕ ਮਿਲਾਪੇ ਸਭਨਾਂ ਨੂੰ ਪਿਆਰ ਕਰਨ ਵਾਲੇ ਉੱਥੇ ਡਾਕਟਰ ਸਾਹਿਬ ਸਾਰ ਰਜੋਤ ਸਿੰਘ ਜੀ ਨੂੰ ਬਹੁਤ ਹੀ ਸੁੰਦਰ ਸੇਧ ਦਿੱਤੀ ਉਹਨਾਂ ਨੇ ਅੱਛੀ ਐਜੂਕੇਸ਼ਨ ਦਿੱਤੀ ਉਹਨਾਂ ਨੇ ਕਰਨ ਵਾਲਾ ਤਾਂ ਪਰਮਾਤਮਾ ਆਪ ਹੈ ਪਰ ਉਹਦੇ ਪਿੱਛੇ ਮਾਤਾ ਪਿਤਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸੋ ਮਾਸਟਰ ਜੀ ਉਹਨਾਂ ਨੇ ਬਹੁਤ ਹੀ ਸੁੰਦਰ
उन्होंने ज्यों का ढंग सिखाया। इस वेले समुचे परिवार से सारे ही परिवार से बड़ी कृपा है। डॉक्टर साहब सरबजोत सिंह जी रबी रूप हैं, कहते दूजा रूप डॉक्टर साहब होंगे ने, वाकई ये रब रूप ने। सबना की सेवा करने वाले मिठ बोलने निघे सुभा के मालक और सेवा देने तत्पर रहते हैं, गरीबों के वसीहे बन के रहते हैं। ये बख्शिशा ये रहमत मालक दियां ने। अरदास करते हैं महाराज पातशाह सारे परिवार के शीस से मेहर भरे हाथ रखना, परिवार को चढ़ती कला बख्शिश करनी जी। सो आओ हुण अखीर दे विच शब्द पढ़ांगे आपां बड़े ही प्यार दे नाल। बेनती का शब्द है, भगत कबीर जी का उच्चारण किया हुआ शब्द की कहिंदे, बाबा आपना बसो ये गाँव घरी घरी का लेखा मंगे कायत चेतू नाओ। गाँव कहिंदे ने साडे पिंडे नूं साडे शरीर नूं। भगत कबीर जी कहते महाराज हुण कृपा करो भी जिहड़ी वार वार 84 लाख जूना की भड़कना है ना, महाराज जी हुण जूना की भड़कना तो बचा के अपने चरणों के अभेद कर लेना, अपने चरणों में निवास बख्शना। इस संसार के जाने अणजाने के कई तरह दाइया कई तरह दुनिया हो जाएं ने। मेरा सतगुरु बख्शनहार है, जैसा बालक भाए सुभाई लख अपराध भावै कर उपदेश झिड़के बहु भांती, बौड़ पिता गल लावै पिछले अवगुण बख्श ले प्रभ आगे मार्ग पावै। आओ बड़े ही प्यार दे शब्द पढ़ के आप समाप्ति करेंगे। अनासर का पाठ पढ़ रहा है, उस तो बाद सचखंड श्री हरिमंदर साहब श्री दरबार साहब जी के अरदासी साहबान सिंह साहब ज्ञानी बलजीत सिंह जी जिन्हों का परिवार के नाल बहुत स्नेह है, सो वो पहुँचे हुए ने। दासरण भी ज्ञानी बलजीत सिंह जी उन्होंने परिवार का हुक्म लाया सी। सचखंड श्री हरिमंदर साहब श्री दरबार साहब जी अमृतसर साहब तो पहुँच के आप संगतों में कीर्ति दी हाजरियां भर रहे हैं। आओ अखीर दे विच बेनती दा शब्द पढ़िए, अरदास करिए कि अरदास कह कबीर सुनो रे संतो खेत ही करो न मेरा, अब की बार बख्श बंदे को बौर ना बौर मिल फेरा। बाबा अब ना बसो I'm gonna make it.
ਪ੍ਰਿਥਮ ਭਗਵਤੀ ਸਿਮਰਕਾਏ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਸਿਮਰਾਮ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਦਾਈ ਤੇ ਮਹਤ ਸਿਮਰਿਆ ਘਰ ਨੌ ਨਿੰਦ ਆਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਲਾਲ ਦਾ ਧਿਆਨ ਧਰਕੇ ਵਰਦੇ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਦਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਅਟਲ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਗਵਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਤਰਕੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸੁਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਦੇ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲਦੀ ਸਿੱਖਾਂ ਨੂੰ ਸਿੱਖੀ ਦਾਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਪਾਵਨ ਚਰਨਾਂ ਵਿੱਚ ਸਾਧ ਸੰਗਤ ਜੀ ਕੀ ਅਰਦਾਸ ਬੇਨਤੀ ਜੋਦੜੀ ਅਰਜੋਈ ਬਿਨੇ ਹੈ ਪਾਤਸ਼ਾਹ ਜੀ ਆਪ ਦੀਆਂ ਦੀ ਪਾਵਨ ਗੁਰਬਾਣੀ ਦੇ ਮਹਾਂਵਾਕ ਹਨ ਜੀ ਜੇ ਹਰ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ ਰਾਣਾ ਰਾਉ ਨਾ ਕੋ ਰਹੇ
कोई ना मंदा तीरा आई आगे आप बुराया ना धन खुशी ना मता पकाया ऊठ सितायो शुक्र माटी देव नानक मिथुन मुहासा है ने महाभाका अनुसार आपकी दे धर्म करोड़ साई होई जीवात्मा स्वर्गवासी सरदार महल सिंह जी भुलर सतगुरु जी और इतनी सुवासा की पूंजी नु रह करके इस माप दुख ते आए सन सुवासा की पूंजी नु पूरिया करके भोग करके आपकी दे सदे ते परिवार नु साका संबंधियां नु पिछले कुछ दिनों तो सदीव काल वास्ते विछोड़ा दे गए सतगुरु जी और परलोक गमन अकाल चलाना कर गए सन उन्हां दी विछड़ी हुई आत्मा दे निमित्ता उन्हां दे समुचे परिवार वल्लों एकत्र करके आप जी द्वारा बख्शिश कीते हुए ग्रह विखे आप जी दे पावन स्वरूप ले जा करके श्री सहज पाठ प्रारंभ करवा के भोग पवाए उपरंत आप जी दे हजूर गुरुद्वारा साहिब दे अंदर सतगुरु जी ओ इलाही बाणी रब्बी बाणी निरंकारी बाणी दे हर दस कीर्तन होए ने समुचियां सेवावां निभाउंदिआं बाणी पढ़दिआं सेवावां करदिआं बेअंत प्रकार दीआं त्रुटियां भुल्लां गलतियां हो गईआं होणगीआं जी आप दी दया दे सागर हो मेहरां दे साईं हुण कृपा करके बख्श लैणा जी अगां तों समत बख्शिश करदिआं होइआं भय ते भावनी साहित आपदियां दी पावन बाणी गैन करन दी दात बख्शिश करनी जी पढ़ी सुनी गुरबाणी दे अखर अखर दा भाव परिवार ते ताराइयां संगतां दे हिरदिआं विच वसाउणा सतगुरु जीओ महान बख्श रहमत कृपा करनी जी विछड़ी होई आत्मा नूं सदीव काल वास्ते आप जी दे पावन चरणां विच निवास बख्शिश करना परिवार नूं साका संबंधियां नूं भाणा मन्नण दे सदमा सहन दे बल बख्शिश करने सतगुरु जीओ विछड़ी हुई आत्मा कोलों संसार परिवार अंदर विचरदिआं कई प्रकार दीआं त्रुटियां भुल्लां गलतियां हो गईआं होणगीआं जी भुल्लां गलतियां नूं ना चितारदे होए कहै कबीर सुनहो रे संतो खेत ही करहु नबेरा अब की बार बख्श बंदे को बहुर न भवद लफेरा वालियां बख्शां करदिआं होइआं अपने चरणा विच अभेदता बख्शिश कर देनी सतगुरु जीओ उन्हां दी खिड़ी हुई फुलवाड़ी सरदार रवजोत सिंह जी दे समुचे परिवार नूं देह रोगता तंदुरुस्ती चढ़दी कला दीआं दातां बख्शिश करनियां परिवार अंदर सुख शांति चढ़दी कला एकता एकत्रता रल मिल करके बैठण दी समर्था बख्शिश करनी घर अंदर सुख आनंद मंगला जय जयकार बख्शनी जी छोटे बच्ची बच्चियां नूं माता पिता दे आग्याकारी देश कौम धर्म पंथ दे वफादार होण दा माण देना उच्चा सुच्चा जीवन बख्शिश करना जीवन विच सफलताइयां बख्शनियां हर प्रकार करके सहायता करके निवाजना सतगुरु जीओ आप जी दे हजूर बेअंत संगत ने हाजरी भरी है जी सभना दीआं हाजरियां दर प्रवान करनियां तिल फुल भेटावां प्रवान करनियां सरबत साध संगत नूं अपने दरों घरों सिखी सिदक भरोसा नाम दान बख्शना शुभ भावनावां पूरियां करनियां आपदी दे हजूर सदे हुए दीवाना दी समाप्ति दी अरदास आनंद साहिब दीआं छे पौड़ियां जी की अरदास भुल चुक मुआफ करनी औखी घड़ी ना देखण दे अपना बिरद संभाले हाथ दे रखे अपने को सास सास प्रत पाले वालियां बख्शिशां करके निवाजना जी आप जी दे हजूर सेवकां वल्लों कड़ाह प्रसाद दी देग हाजर है दर प्रवान होवे प्रवान होया प्रसाद संगत विच वरतौण दी आग्या बख्शो करो जी कृपा पावन मुख वाक बख्शिश करके आई हुई साध संगत नूं कृतार्थ करो जी
सिख पढ़ते सुनते सरबत लाहेवंद होवाना नानक नाम चढ़दी कला तेरे पाने सरबत दा भला। वाहेगुरु जी का खालसा वाहेगुरु जी की दोहरा गया भई अकाल की सब सिखन को हुक्म है गुरु ग्रंथ जी मान्यो जो प्रभु को मिल लोता है राज करेगा खालसा वार होए सब मिलेंगे वाहेगुरु नाम जहाज है जो शरदा कर सेवन वाहेगुरु बोले राखो राखो
ਸਾਡੇ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਤਨੇ ਵੀ ਮਾਈ ਭਾਈ ਜੋ ਸਿੱਖ ਸੰਗਤਾਂ ਪਹੁੰਚੇ ਹੋ, ਸਵਰਗ ਵਾਸੀ ਮਾਤਾ ਮਹਿਲ ਸਿੰਘ ਉਹਨਾਂ ਦੇ ਭੋਗ ਦੇ ਅਰਦਾਸਾਂ ਦੇ ਵਿੱਚ ਸ਼ਾਮਲ ਹੋਏ ਹੋ, ਸਾਰੀਆਂ ਸੰਗਤਾਂ ਦਾ ਉਹਨਾਂ ਪਰਿਵਾਰਾਂ ਵੱਲੋਂ ਧੰਨਵਾਦ। ਸੋ ਮੈਂ ਸਵੇਰੇ ਆਪਣੇ ਕੋਲ ਗੁਰਮੁਖ ਪਿਆਰੇ ਪਹੁੰਚੇ ਹੋਏ ਨੇ ਜੋ ਸੋਗ ਮਤੇ ਲੈ ਕੇ ਆਏ ਨੇ, ਇਸ ਦੁੱਖ ਦੇ ਵਿੱਚ ਸਾਂਝ ਪਾਉਣ ਵਾਸਤੇ ਆਏ ਨੇ, ਤਾਂ ਉਹਨਾਂ ਤੋਂ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਸ਼ਾਇਰ ਨੇ ਲਿਖਿਆ, ਜਫਰ ਬ੍ਰਹਮਾ ਕੇ ਜੁਲਮ ਦੇ ਰੱਖ ਪਾਪਤ ਚੀਰ ਹੰਕਾਰ ਦੇ ਤੀਰ ਹੋ ਗਏ, ਲਗਾ ਮਾਤਰਾ ਸ਼ੇਰ ਫਰੀਆਰ ਕਾਲੇ ਔਰੰਗਜ਼ੇਬ ਦੀ ਜ਼ਹਿਰ ਦੇ ਖੀਰ ਹੋ ਗਏ, ਅਸੀਂ ਵਲੀ ਪੈਗੰਬਰ ਵੀ ਬੜੇ ਦੇਖੇ ਅਤੇ ਕਥਾ ਵੀ ਸੁਣੀ ਵੱਡੇ ਦਾਨੀਆਂ ਦੀ, ਕਲਗੀ ਵਾਲੇ ਦਾ ਆਇਆ ਪ੍ਰਣਾਮ ਲਿਆ, ਮੁੱਕ ਜਾਂਦੀ ਹੈ ਹੱਥ ਕੁਰਬਾਨੀਆਂ ਦੀ, ਮੁੱਕ ਜਾਂਦੀ ਹੈ ਹੱਥ ਕੁਰਬਾਨੀਆਂ ਦੀ। ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਨਿੱਕ ਮਨ ਵਿੱਚ ਸਾਧ ਸੰਗਤ ਜੀਓ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਰਗ ਵਾਸੀ ਸਰਦਾਰ ਮਹਿਲ ਸਿੰਘ ਜੀ ਭੁੱਲਰ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਸਾਧ ਸੰਗਤ ਜੀਓ, ਮੈਂ ਸਤਿਕਾਰ ਹੈਡਮਾਸਟਰ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਉਹਨਾਂ ਦੇ ਜੀਵਨ ਦੀ ਬਾਇਓਗ੍ਰਾਫੀ ਆਪ ਜੀ ਦੇ ਸਨਮੁੱਖ ਕਰਨ ਜਾ ਰਿਹਾ। ਸਵਰਗ ਵਾਸੀ ਸਰਦਾਰ ਸ਼ੇਰ ਸਿੰਘ ਭੁੱਲਰ ਅਤੇ ਸ਼੍ਰੀਮਤੀ ਸਵਰਗ ਵਾਸੀ ਕਿਸ਼ਨ ਕੌਰ ਭੁੱਲਰ ਦਾ ਲਾਡਲਾ ਇਹ ਸੋਥਾ ਪਰਿਵਾਰ, ਇਹਦਾ ਜਿਹੜਾ ਪਿਛੋਕੜ ਹੈ ਪਿੰਡ ਪਾਂਡੋਗੇ ਜ਼ਿਲ੍ਹਾ ਲਾਹੌਰ, ਇਹ ਪਰਿਵਾਰ ਪਾਕਿਸਤਾਨ ਤੋਂ ਇੱਥੇ ਬਟਵਾਰੇ ਦੇ ਲਈ ਆਇਆ ਸੀ। ਸਰਦਾਰ ਮਹਿਲ ਸਿੰਘ ਭੁੱਲਰ ਦਾ ਜਨਮ ਨਵੰਬਰ 1946 ਨੂੰ ਜੋ ਪਾਕਿਸਤਾਨ ਵਿਖੇ ਹੋਇਆ ਸੀ, ਔਰ ਇਹ ਪਰਿਵਾਰ ਇਹ ਸੋਥਾ ਪਿੰਡ ਦੇ ਵਿੱਚ ਜਿਹੜਾ ਸ਼ਿਫਟ ਕਰ ਗਿਆ, ਔਰ ਇਹਨਾਂ ਦੇ ਚਾਰ ਭਾਈ ਸਰਦਾਰ ਲੱਖਣ ਸਿੰਘ ਜੀ ਭੁੱਲਰ, ਸਰਦਾਰ ਅਲੋਕ ਸਿੰਘ ਜੀ ਭੁੱਲਰ ਅਤੇ ਸਰਦਾਰ ਸੰਤੋਖ ਸਿੰਘ ਜੀ ਭੁੱਲਰ, ਅਤੇ ਇਹਨਾਂ ਦਾ ਇੱਕ ਹੋਰ ਪਰਮ ਮਿੱਤਰ ਵੱਡਾ ਭਾਈ ਸਰਦਾਰ ਪ੍ਰਿਥੀ ਸਿੰਘ ਜੀ ਬਰਾੜ, ਜਿਹੜਾ ਇਸ ਪਰਿਵਾਰ ਦੇ ਨਾਲ ਭਰਾਵਾਂ ਤੋਂ ਵੀ ਵੱਧ ਦਾ ਯੋਗਦਾਨ ਹੈ, ਅਤੇ ਇਹਨਾਂ ਦੀ ਇੱਕ ਭੈਣ ਸਵਰਗ ਵਾਸੀ ਸ਼੍ਰੀਮਤੀ ਗੁਲਾਬ ਕੌਰ ਜੀ, ਜਿਹੜੀ ਮੇਰੇ ਪਿੰਡ ਗੋਲੇਵਾਲਾ ਦੇ ਨਾਲ ਹੀ ਸਾਡਾ ਇੱਕ ਨੱਥਰਵਾਲ ਪਿੰਡ ਪੈਂਦਾ, ਉੱਥੇ ਵਿਆਹੇ ਹੋਏ ਸੀ। ਸੋ ਹੈਡਮਾਸਟਰ ਸਵਰਗ ਵਾਸੀ ਮਹਿਲ ਸਿੰਘ ਜੀ ਭੁੱਲਰ ਇੱਕ ਸਫਲ ਕਿਸਾਨ, ਇੱਕ ਸਫਲ ਮਾਂ, ਇੱਕ ਇੰਡੀਆ ਪੱਧਰ ਦਾ ਖਿਡਾਰੀ, ਔਰ ਜੋ ਸਾਡੀ ਪਰੰਪਰਾਗਤ ਹੈ, ਸਾਡਾ ਸੱਭਿਆਚਾਰ ਹੈ, ਸਾਡਾ ਰੀਤੀ ਰਿਵਾਜ ਹੈ, ਆਉਣ ਵਾਲੀਆਂ ਜਨਰੇਸ਼ਨਾਂ ਨੂੰ ਫੇਸਬੁੱਕ 'ਤੇ ਪੜ੍ਹਿਆ ਕਰਨਗੀਆਂ, ਦੇਖਿਆ ਕਰਨਗੀਆਂ, ਮੁਕਤਰ ਚੱਕਣਾ, ਦਸਤ ਪੰਜਾ ਲੜਾਉਣਾ, ਪੱਲੜਾ ਚੱਕਣਾ, ਇਹ ਸਰਦਾਰ ਮਹਿਲ ਸਿੰਘ ਭੁੱਲਰ ਦੇ ਨਾਮ ਦੇ ਨਾਲ ਬਵਾਣੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ। ਮੈਂ 2 ਮਹੀਨੇ ਪਹਿਲਾਂ ਇੱਥੇ ਮੇਰੇ ਫਾਦਰ ਸਾਹਿਬ ਦਾ ਆਪਰੇਸ਼ਨ ਹੋਣਾ ਸੀ, ਔਰ ਮੇਰੀ ਲੰਮਾ ਸਮਾਂ ਗੱਲਬਾਤ ਚੱਲਦੀ ਰਹੀ ਪੱਲੜਾ ਚੁੱਕਣ ਦੀ। ਉਹਨਾਂ ਨੇ ਇੱਕ ਫੂਲਰ ਕਲਾ ਪਿੰਡ ਦੇ ਵਿੱਚ ਪੱਲੜਾ ਚੁੱਕਣ ਦੀ ਜਿਹੜੀ ਘਟਨਾ ਮੈਨੂੰ ਸੁਣਾਈ, ਪਰ ਜੇ ਮੈਂ ਸੁਣਾਉਣ ਲੱਗ ਗਿਆ ਤਾਂ ਮੈਨੂੰ ਬਹੁਤ ਲੰਮਾ ਸਮਾਂ ਚਾਹੀਦਾ। ਤੁਸੀਂ ਆਪੋ ਆਪਣੇ ਅੱਗੇ
ਸਥਾਨਾਂ ਵੱਲ ਨੂੰ ਜਾਣਾ। ਮੈਂ ਕੋਸ਼ਿਸ਼ ਕਰ ਰਿਹਾ ਹੂੰ ਇੱਕ ਕਿਤਾਬ ਦੇ ਰੂਪ ਦੇ ਵਿੱਚ ਸਰਦਾਰ ਮਹਿਤ ਸਿੰਘ ਭੁੱਲਰ ਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਔਰ ਜਿਹੜਾ ਸੋਖਾ ਪਿੰਡ ਹੈ ਇਹ ਮੁਕਤਸਰ ਦੇ ਵਿੱਚ ਨਹੀਂ, ਇਹਨੂੰ ਪੂਰੇ ਪੰਜਾਬ ਦੇ ਵਿੱਚ ਨਹੀਂ, ਇਹਨੂੰ ਇੰਡੀਆ ਦੇ ਵਿੱਚ ਸਰਦਾਰਾਂ ਦੇ ਪਿੰਡ ਸੂਖਾ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ। ਔਰ ਜਦੋਂ ਮੈਂ ਇੱਕ ਬੁੱਕ ਪੜ੍ਹ ਰਿਹਾ ਸੀ, ਅਮੈਰੀਕਾ ਦੀ ਇੱਕ ਵਾਸ਼ਿੰਗਟਨ ਯੂਨੀਵਰਸਿਟੀ ਹੈ, ਵਾਸ਼ਿੰਗਟਨ ਯੂਨੀਵਰਸਿਟੀ ਨੇ ਇੱਕ ਸੰਮੇਲਨ ਕਰਵਾਇਆ ਜਿਹਦੇ ਵਿੱਚ 250 ਵਿਦਿਆਰਥੀ ਸਾਬਕਾ ਵਿਦਿਆਰਥੀ ਉੱਥੇ ਉਸ ਸੰਮੇਲਨ ਦੇ ਵਿੱਚ ਹਾਜ਼ਰ ਹੋਏ। ਉੱਥੇ ਉਸ ਮਹਾਨ ਪਰਸਨੈਲਿਟੀਜ਼ ਨੇ ਔਰ ਆਪਣੇ ਤਜਰਬੇ ਜਿਹੜੇ ਸਟੇਜ 'ਤੇ ਰੱਖਣੇ ਸੀ, ਜਿਹਦੇ ਵਿੱਚ ਅਮੈਰੀਕਾ ਦੇ ਦੋ ਸਾਬਕਾ ਰਾਸ਼ਟਰਪਤੀ ਵੀ ਸ਼ਾਮਿਲ ਹੋਏ ਔਰ ਉੱਥੋਂ ਦੇ ਇੱਕ ਪ੍ਰੋਫੈਸਰ ਦੀ ਐਮ ਐਸ ਨੇ ਇੱਕ ਵਿਚਾਰ ਪੇਸ਼ ਕੀਤਾ, ਜਿਹੜਾ ਮਨੁੱਖ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਰਹਿੰਦਾ ਹੈ, ਆਪਣੇ ਪਰਿਵਾਰ ਨਾਲ ਜੁੜਿਆ ਰਹਿੰਦਾ ਹੈ, ਆਪਣੇ ਸੱਭਿਆਚਾਰ ਨਾਲ ਜੁੜਿਆ ਰਹਿੰਦਾ ਹੈ, ਉਹ ਪਰਿਵਾਰ ਹੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਦਾ ਹੈ। ਔਰ ਹੋ ਸਕਦਾ ਕਿ ਸਾਡੇ ਸੱਜਣਾਂ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਇੱਧਰ ਨੂੰ ਕੁਛ ਔਖਾ ਲੱਗਦਾ ਹੋਵੇ, ਅੱਜ ਜੋ ਅੰਤਮ ਅਰਦਾਸ ਸੋਖਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਰੱਖੀ ਗਈ ਹੈ, ਇਹ ਸਾਡੇ ਸਤਿਕਾਰ ਪ੍ਰਮਾਤ ਸਿੰਘ ਜੀ ਸਰਦਾਰ ਮਹਿਤ ਸਿੰਘ ਭੁੱਲਰ ਦੀ ਅੰਤਮ ਇੱਛਾ ਸੀ। ਉਹ ਪਹਿਲਾਂ ਹੀ ਦੱਸ ਕੇ ਗਿਆ ਸੀ ਵੀ ਜਿਹੜਾ ਮੇਰਾ ਭੋਗ ਹੈ ਉਹ ਸੋਖਾ ਪਿੰਡ ਦੇ ਗੁਰਦੁਆਰਾ ਦੇ ਸਾਹਿਬ ਦੇ ਵਿੱਚ ਹੀ ਰੁਪਜੋਤ ਜੀ ਜਿਹੜਾ ਪੈਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਸਰਦਾਰ ਮਹਿਤ ਸਿੰਘ ਜੀ ਭੁੱਲਰ ਜਿਹੜੇ ਮਲੋਰ ਸਰਦਾਰ ਰਜਿੰਦਰ ਸਿੰਘ ਜੀ ਸੰਧੂ ਪਰਿਵਾਰ ਦੇ ਵਿੱਚ ਵਿਆਹੇ ਹੋਏ ਸੀ, ਸੋਲ੍ਹਾਂ ਪਰਿਵਾਰ ਵੱਲੋਂ ਪੂਰਾ ਪਰਿਵਾਰ ਆਇਆ, ਮੈਂ ਸੰਧੂ ਪਰਿਵਾਰ ਨੂੰ ਵਧਾਈ ਦਿੰਦਾ। ਉਹਨਾਂ ਦੀ ਜਿਹੜੀ ਬੇਟੀ ਸੀ ਸਵਰਨਜੀਤ ਕੌਰ ਉਸ ਸਮੇਂ ਗ੍ਰੈਜੂਏਟ ਬੀਐਡ ਸੀ ਔਰ ਇਹਨੇ ਇੰਨੀ ਅੱਛੀ ਤਰੀਕ ਬਣਾਈ ਤੋਂ ਬੱਚਿਆਂ ਨੂੰ ਆਉਂਦਿਆਂ ਨੂੰ ਡਾਕਟਰ ਨਵਜੋਤ ਸਿੰਘ ਜੀ ਭੁੱਲਰ ਜਿਹੜੇ ਬਾਂਸਲ ਨਰਸਿੰਗ ਹੋਮ ਦੇ ਵਿੱਚ ਬਤੌਰ ਸਾਧਨ ਕੰਮ ਕਰ ਰਹੇ ਆ, ਇਕੱਲੇ ਮੁਕਤਸਰ ਦੇ ਵਿੱਚ ਹੀ ਨਹੀਂ ਮੁਕਤਸਰ ਤੋਂ ਲੈ ਕੇ ਦਿੱਲੀ ਦੇ ਦੀਨ ਦਿਆਲ ਹਸਪਤਾਲ ਦੇ ਵਿੱਚ ਇੱਕ ਦਰਵੇਸ਼ ਡਾਕਟਰ ਦੇ ਵਜੋਂ ਚਿਹਰੇ ਦੇ ਵਜੋਂ ਉਹਨਾਂ ਨੂੰ ਜਾਣਿਆ ਜਾਂਦਾ। ਔਰ ਉਹਨਾਂ ਇਹਨਾਂ ਦੇ ਵਿਸ਼ੇ 'ਚ ਮਹਿਤ ਸਿੰਘ ਭੁੱਲਰ ਦੀ ਨੌਂ ਹਰਮਨਦੀਪ ਕੌਰ ਜੀ ਉਹ ਵੀ ਐਮ ਡੀ ਜੈਨੀ ਕਰਕੇ ਆਏ ਆ। ਔਰ ਐਸੇ ਮਨੁੱਖ ਅੱਜ ਦੇ ਯੁੱਗ ਵਿੱਚ ਬੜੇ ਘੱਟ ਪਰਿਵਾਰ ਮਿਲਦੇ ਆ ਜਿਹੜੇ ਵੈਸ਼ਵ ਪਰਿਵਾਰ ਹੋਣ ਔਰ ਨਾਲ ਕਬੱਡੀ ਖਿਡਾਰੀ ਦੇ ਨਾਲ ਉਹ ਇਹ ਪਰਿਵਾਰ ਜਿਹੜਾ ਵੈਸ਼ਵ ਪਰਿਵਾਰ ਰਿਹਾ ਔਰ ਸਫਲਤਾ ਦੀਆਂ ਜਿਹੜੀਆਂ ਬੁਲੰਦੀਆਂ ਨੂੰ ਛੂਹਾ। ਔਰ ਗਿੱਲ ਪਰਿਵਾਰ ਵੀ ਸਾਡੇ ਇੱਥੇ ਬੈਠਾ ਗੁਰੂਹਰ ਸਾਹਿਬ ਤੋਂ ਜਿੱਥੇ ਡਾਕਟਰ ਨਵਜੋਤ ਜੀ ਵਿਆਹੇ ਹੋਏ ਨੇ ਉਹਨਾਂ ਦੇ ਸਤਿਕਾਰ ਕਸਾਲਾ ਜੀ, ਰਮਨਦੀਪ ਸਿੰਘ ਜੀ ਗਿੱਲ ਜਿਹੜੇ ਕੈਨੇਡਾ ਦੇ ਨੇ ਔਰ ਸਰਦਾਰ ਰੇਸ਼ਮ ਸਿੰਘ ਜੀ ਜਿਹੜੇ ਇਹਨਾਂ ਦੇ ਸੋਹਣਾ ਸਾਹਿਬ ਆ ਉਹ ਵੀ ਬਹੁਤ ਬੁਲੰਦੀਆਂ 'ਤੇ ਪਹੁੰਚੇ ਆ। ਇਸ ਪਰਿਵਾਰ ਦੇ ਨਾਲ 2004 ਤੋਂ ਪਿਆ ਜਦੋਂ ਸਰਦਾਰ ਮਹਿਤ ਸਿੰਘ ਭੁੱਲਰ ਦੀ ਬੇਟੀ ਜਿਹਨੂੰ ਇੱਥੇ ਰੈਂਪੀ ਦੇ ਨਾਲ ਜਾਣਿਆ ਜਾਂਦਾ ਹੈ, ਹਰਪ੍ਰੀਤ ਕੌਰ ਬਰਾੜ ਮੇਰੇ ਛੋਟੇ ਭਾਈ ਪ੍ਰਿੰਸੀਪਲ ਜਗਮੋਹਨ ਸਿੰਘ ਬਰਾੜ ਦੇ ਨਾਲ ਇਹਨਾਂ ਵਿਆਹੀ ਗਈ। ਔਰ ਬੜੀਆਂ ਹੈਰਾਨੀ ਹੁੰਦੀ ਹੈ, ਸਾਡਾ ਪਰਿਵਾਰ ਵੀ ਇੱਕ ਰਾਜਨੀਤਿਕ ਪਰਿਵਾਰ ਹੈ ਔਰ ਰਾਜਨੀਤਿਕ ਹੋਣ ਦੇ ਨਾਤੇ ਸਾਡੀ ਜਿਹੜੀ ਇਹ ਮੇਰੀ ਭਰਜਾਈ ਹੈ ਇਹ ਗੋਲੇਵਾਲਾ ਪਿੰਡ ਦੇ ਵਿੱਚ 2004 ਤੋਂ ਸਰਵਿਸ ਕਰ ਰਹੀ ਹੈ। ਔਰ ਪਿੰਡ ਦੇ ਵਿੱਚ ਸਰਵਿਸ ਕਰਨਾ ਕੋਈ ਮਾਮੂਲੀ ਗੱਲ ਨਹੀਂ ਅੱਜ ਦੇ ਰਾਜਨੀਤਿਕ ਯੁੱਗ ਦੇ ਵਿੱਚ। ਔਰ ਇਹਦਾ ਜਿਹੜਾ ਸਿਰਮ ਹੈ ਉਹ ਇਹਨਾਂ ਦੀ ਮੰਮੀ ਸਵਰਨਜੀਤ ਕੌਰ ਦੇ ਪਿਤਾ ਜੀ ਨੂੰ ਦਿੰਦਾ, ਇੰਨੇ ਸਲੀਕੇ ਦੇ ਨਾਲ ਜਿਹੜਾ ਉਹ ਇੱਥੇ ਸੇਵਾਵਾਂ ਜਿਹੜੀਆਂ ਨਿਭਾ ਰਹੇ ਹਨ। ਔਰ ਮੈਂ ਇਸ ਗੱਲ ਦੀ ਭੁੱਲਰ ਪਰਿਵਾਰ ਔਰ ਖਾਸ ਕਰਕੇ ਸੋਖਾ ਪਿੰਡ ਦੀ ਪ੍ਰਸ਼ੰਸਾ ਕਰਦਾ। ਇੱਦਾਂ ਦੇ ਜਦੋਂ ਪਿੰਡ ਸਾਡੇ ਬੱਚੇ ਸ਼ਿਫਟ ਹੋ ਰਹੇ ਨੇ ਕੈਨੇਡਾ ਵੱਲ ਨੂੰ, ਅਮੈਰੀਕਾ ਵੱਲ ਨੂੰ ਸ਼ਿਫਟ ਹੋ ਰਹੇ ਨੇ। ਔਰ ਮੇਰਾ ਬੇਟਾ 7ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਅਤੇ ਜਦੋਂ ਵੀ ਕਿਤੇ ਮਾਸਕ ਜੀ ਨੇ ਮਹਿਲ ਸਾਹਿਬ ਜੀ ਨੇ ਉੱਥੇ ਪਹੁੰਚਣਾ ਉਹਨੇ ਇੱਕ ਸਪੈਸ਼ਲ ਫੋਨ ਕਰਨਾ ਕਿ ਫੰਕਸ਼ਨ ਹੋਣਾ ਵਾ ਵੀ ਜਸਕੇਵਲ ਆਪਦੇ ਬੇਟੇ ਨੂੰ ਜ਼ਰੂਰ ਲੈ ਕੇ ਆਉਣਾ। ਅਤੇ ਮੈਨੂੰ ਨਹੀਂ ਪਤਾ ਇਹ 15-20 ਮਿੰਟ ਕੀ ਉਹ ਫਿਲਾਸਫੀ ਕਰਦੇ ਸੀ ਔਰ ਉਹ
बाद च पता लगे जो मेरा बेटा नीट के पेपर जो क्लीयर कर लिया MBBS कर लिया वो सारी जी देन है वो हेडमास्टर सरदार महल सिंह भुल्लर की है वह बहुत तकड़े साइकोलिस्ट भी सन जिन्हें तो जरा एलम धूल देंगे तो जरा खाली नहीं सी करता साढ़े दरम्यान बहुत सारे जोड़े शौक मुद्दे आए हैं भारतीय किसान यूनियन इकाई पिंड सोखा वालों शौक मुद्दा आया जी इस तरह बांसल नर्सिंग होम उत्सव का जो हैड ऑफिस जो है डॉक्टर मुकेश बांसल जी वालों एक शौक मुद्दा आया सरदार पैथी सिंह बराड़ जिन्होंने भुल्लर साहब की वट्सअप से एक बायोग्राफी पाई सी उन्होंने एक शौक मुद्दा आया जिथे मेरा छोटा भाई जगमोहन सिंह बराड़ बतौर प्रिंसीपल सभावान निभा रहा सारा वाला स्कूल तो शौक मुद्दा आया गोले वाला तो जिते हरप्रीत कौर बराड़ अपन सभावान दे रहे एक शौक मुद्दा आया राजू वाला स्कूल तो एक शौक मुद्दा आया गोले वाला तो जो शौक मुद्दा लैके सेंटर मुख्य अध्यापक वरिंदर मुंगा जी उन्होंने नाल छोटा भाई सेठी जी वो स्पैशल तौर पर आए हैं उन्होंने धन्यवादी है जिथे मैं संघर्ष कर रहा पिपली नवीन वर्ग शौक मुद्दा मेरे वालों आया एक अध्यापक दल पंजाब जिला फरीदकोट वालों रवि इंद्र सिंह जी घाली तो सरदार बलजीत सिंह जी सबू शौक मुद्दा लैके आए हैं गुरु नानक देव थर्मल प्लांट यूनियन बठिंडा वालों कामरेड पूर्ण सिंह बराड़ जी शौक मुद्दा लैके आए हैं इस तरह ਘੋਨੀ ਵਾਲਾ ਤੋਂ ਸਰਪੰਚ ਸਰਪੰਚਜੀਤ ਸਿੰਘ ਜੀ ਬਰਾੜ ਉਹਨਾਂ ਦੇ ਨਾਲ ਸਰਦਾਰ ਕਰਮਜੀਤ ਸਿੰਘ ਜੀ ਸੰਧੂ ਸਾਈਆਂ ਵਾਲਾ ਉਹ ਸ਼ੋਕ ਮਤਾ ਲੈ ਕੇ ਆਏ ਨੇ ਕੁਛ ਅਜੀਜ ਪਰਸਨੈਲਿਟੀਜ਼ ਆਈਆਂ ਨੇ ਉਹਨਾਂ ਦੇ ਨਾਮ ਮੈਂ ਦੱਸਣਾ ਚਾਹੁੰਦਾ ਬਿੱਲਾ ਮਾਨ ਸੀਨੀਅਰ ਕਾਂਗਰਸੀ ਆਗੂ ਹਲਕਾ ਗੋਰਖਪੁਰਾ ਤੋਂ ਸ਼ੋਕ ਮਤਾ ਲੈ ਕੇ ਆਏ ਨੇ ਸਾਡੇ ਗੋਲੇ ਵਾਲਾ ਪਰਿਵਾਰ ਦੇ ਨਾਲ ਸਰਦਾਰ ਜਗਦੀਪ ਸਿੰਘ ਜੀ ਸੰਧੂ ਪੜ੍ਹਾਉਣਾ ਸੀਨੀਅਰ ਕਾਂਗਰਸੀ ਆਗੂ ਉਹ ਸ਼ੋਕ ਮਤਾ ਲੈ ਕੇ ਆਏ ਨੇ ਇਸ ਤਰ੍ਹਾਂ ਅਧਿਆਪਕ ਦਾ ਪੰਜਾਬ ਜਿਹੜਾ ਮੁਕਤਸਰ ਤੋਂ ਪ੍ਰਿੰਸੀਪਲ ਕਰਮਜੀਤ ਸਿੰਘ ਜੀ ਬਾਲੋਂਗੜ੍ਹ ਡਾਇਟ ਪ੍ਰਿੰਸੀਪਲ ਮੁਕਤਸਰ ਸਾਹਿਬ ਉਹ ਸ਼ੋਕ ਮਤਾ ਲੈ ਕੇ ਆਏ ਨੇ ਇਸ ਤਰ੍ਹਾਂ ਕਰਮ ਸਿੰਘ ਜੀ ਪ੍ਰਧਾਨ ਰਣਜੀਤ ਸਿੰਘ ਜੀ ਜਗਾਣਾ ਜਗਰੂਪ ਸਿੰਘ ਜੀ ਹੇਅਰ ਰਵੀ ਸੰਧੂ ਸਰਦਾਰ ਜਗਸੀਰ ਸਿੰਘ ਜੀ ਸਿੱਖੋਂ ਗੁਰੂ ਨਾਨਕ ਕਲੋਨੀ ਫਰੀਦਕੋਟ ਵੱਲੋਂ ਇੱਕ ਸ਼ੋਕ ਮਤਾ ਲੈ ਕੇ ਆਏ ਨੇ ਇਸੇ ਤਰ੍ਹਾਂ ਰਾਜਦੇਵ ਕੌਰ ਪਿੰਡ ਦੇ ਸਰਪੰਚ ਸਰਦਾਰ ਹਰਮੇਲ ਸਿੰਘ ਜੀ ਬਰਾੜ ਉਹ ਸ਼ੋਕ ਮਤਾ ਲੈ ਕੇ ਆਏ ਨੇ ਇਸੇ ਤਰ੍ਹਾਂ ਪਰਕਰਮਾ ਦੁਹਾਈ ਸੰਗਤ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਵੱਲੋਂ ਸੇਵਾਦਾਰ ਅਮਰ ਸਿੰਘ ਜੀ ਸ਼ੋਕ ਮਤਾ ਲੈ ਕੇ ਆਏ ਨੇ ਸਰਦਾਰ ਬਲਦੇਵ ਸਿੰਘ ਜੀ ਸਿੱਧੂ ਸੀਨੀਅਰ ਵਕੀਲ ਹਾਈਕੋਰਟ ਪੰਜਾਬ ਹਰਿਆਣਾ ਸ਼ੋਕ ਮਤਾ ਲੈ ਕੇ ਆਏ ਨੇ ਐਡਵੋਕੇਟ ਹਿੰਮਤ ਸਿੰਘ ਜੀ ਉਹਨਾਂ ਵਾਲੇ ਸਿੱਧੂ ਸਾਹਿਬ ਉਹ ਸ਼ੋਕ ਮਤਾ ਲੈ ਕੇ ਆਏ ਔਰ ਇੱਕ ਸ਼ੋਕ ਮਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਗੈਂਦੇ ਵਾਲਾ ਸ਼੍ਰੀ ਮੁਕਤਸਰ ਸਾਹਿਬ ਪ੍ਰਿੰਸੀਪਲ ਸਾਹਿਬ ਦੇ ਸਮੂਹ ਸਟਾਫ ਵੱਲੋਂ ਸ਼ੋਕ ਮਤਾ ਆਇਆ ਜੀ ਉਹਨਾਂ ਦਾ ਮੈਂ ਅਤੇ ਧੰਨਵਾਦੀ ਹਾਂ ਜੀ ਇਸੇ ਤਰ੍ਹਾਂ ਸ਼ੋਕ ਮਤਾ ਲੈ ਕੇ ਰਾਜੂ ਵਾਲਾ ਸਕੂਲ ਤੋਂ ਆਏ ਨੇ ਉਹਨਾਂ ਦਾ ਮੈਂ ਅਤੇ ਧੰਨਵਾਦੀ ਹਾਂ ਅੰਤ ਦੇ ਵਿੱਚ ਮੈਂ ਸਵਰਗਵਾਸੀ ਸਰਦਾਰ ਮਹਿਲ ਸਿੰਘ ਭੁੱਲਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਨਤੀ ਕਰਦਾ ਪਰਮਾਤਮਾ ਨੂੰ ਵਿਸ਼ਵੀ ਹੋਰ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਜਿੰਨੀ ਵੀ ਸਾਧ ਸੰਗਤ ਰਿਸ਼ਤੇਦਾਰ ਸੱਜਣ ਮਿੱਤਰ ਇੱਥੇ ਆਏ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਖਾ ਵੱਲੋਂ ਗ੍ਰਾਮ ਪੰਚਾਇਤ ਸੋਖਾ ਵੱਲੋਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਔਰ ਭੁੱਲਰ ਪਰਿਵਾਰ ਵੱਲੋਂ ਸਿਨੇਮਾ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਕਾ ਲੰਗਰ ਜਿਹੜਾ ਲੱਗਿਆ ਹੋਇਆ ਸਾਰਿਆਂ ਨੇ ਆਪਣੀ ਸ਼ਰਧਾ ਦੇ ਅਨੁਸਾਰ ਛੱਕ ਕੇ ਜਾਣਾ ਜੀ ਹੁਣ ਦੇਗ ਵਰਤੇਗੀ ਔਰ ਫਤਿਹ ਦੀ ਸਾਂਝ ਪਾਈਏ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵੀਰੇ ਬਾਈ ਜੀ ਵੀਰੇ ਇੱਥੇ ਆ ਗਏ ਉਹ ਪੱਗ ਦੀ ਰਸਮ ਅੱਗੇ ਹੋ ਜਾਓ ਥੋੜ੍ਹਾ ਜਿਹਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਗੁਰਮੁਖ ਪਿਆਰਿਓ ਇੱਧਰ ਪੰਚਾਇਤ ਘਰ ਦੇ ਵਿੱਚ ਤਿੰਨ ਗੱਡੀਆਂ ਖੜੀਆਂ ਨੇ ਤੇ ਅੱਗੇ ਤੋਂ ਜਿਹੜੇ ਸੇਵਾਦਾਰ ਆਏ ਨੇ ਅੰਮ੍ਰਿਤਸਰ ਸਾਹਿਬ ਤੋਂ ਉਹਨਾਂ ਨੇ ਆਪਣੀ ਗੱਡੀ ਕੱਢਣੀ ਹੈ ਪਹਿਲੀ ਗੱਡੀ ਹੈ